ਅਸਲਾਮ ਵਾਲੇਕੁਮ ਮੈਮ ਜੀ, ਵਧੀਆ ਜੀ ਦਾ ਵਲੋਗ ਕਰਦੇ ਹਾਂ ਸਟਾਰਟ। ਜਾ ਰਹੇ ਹਾਂ ਮਦੀਨਾ ਪਤਾਕਰਨ ਸ਼ਹਿਰ, ਅਸੀਂ ਇਸ ਟਾਈਮ ਮਦੀਨਾ ਟਾਊਨ ਫਿਰ ਰਹੇ ਹਾਂ ਅਤੇ ਇਸ ਤੋਂ ਸਿੱਧਾ ਅਸੀਂ ਜਾਣਾ ਸ਼ਹਿਰ, ਉੱਥੇ ਜਾ ਕੇ ਮਾਰਕੀਟ ਵਿਜ਼ਿਟ ਕਰਦੇ ਹਾਂ ਅਤੇ ਉੱਥੇ ਦੇਖਦੇ ਹਾਂ ਕੀ ਰੇਟ ਮਿਲਦਾ ਕਲੀਨ ਦਾ, ਉੱਥੇ ਜਾ ਕੇ ਹਿਸਾਬ ਲਾਉਂਦੇ ਹਾਂ। ਕੱਲ੍ਹ ਫੈਸਲਾਬਾਦ ਬੜੀ ਹੈਵੀ ਵਾਲੀ ਬਾਰਿਸ਼ ਪਈ ਸੀਗੀ, ਹੁਣ ਹੀ ਤੁਹਾਡੇ ਸਾਹਮਣੇ ਆ, ਸੁੱਕ ਸੁੱਕ ਗਿਆ ਵਾ, ਸੁਬਹਾ ਧੁੱਪ ਨਿਕਲੀ ਹੈ। ਆਹ ਨਵੀਂ ਜੀ ਕਾਹਦੀ ਬਿਲਡਿੰਗ ਆ? ਦਾਵਤ ਇਸਲਾਮੀ। ਇਹ ਦਾਵਤ ਇਸਲਾਮੀ ਇੱਥੋਂ ਮੁਫਤੀ ਦੇ ਮੌਲਵੀ ਜਿਹੜੇ ਬਣ ਕੇ ਨਿਕਲਦੇ ਆ ਨਾ। ਹਾਂਜੀ, ਖਜ਼ਾਨੇ ਮਦੀਨਾ ਮਰਕਜ਼ੀ ਮਸਜਿਦ ਆ ਦਾਵਤ ਇਸਲਾਮੀ ਵਾਲਿਆਂ ਦੀ। ਆਹ ਸੁਖਸਾ ਰੋਡ ਆ ਅਤੇ ਇੱਥੋਂ ਅਸੀਂ ਜਾ ਰਹੇ ਹਾਂ ਹੁਣ ਜੀ ਸ਼ਹਿਰ, ਅਤੇ ਕਾਫੀ ਜ਼ਿਆਦਾ ਦੁਕਾਨਾਂ, ਕਾਫੀ ਬੜੀ ਮਾਰਕੀਟ ਆ, ਕਾਫੀ ਜ਼ਿਆਦਾ ਸੈੱਟ ਹੋ ਗਿਆ ਵਾ, ਗਰਮੀ ਕਾਫੀ ਘੱਟ ਗਈ ਆ ਅਤੇ ਮੌਸਮ ਥੋੜ੍ਹਾ ਬਹੁਤਾ ਠੰਡਾ ਵੀ ਆ। ਆਹ ਅਸੀਂ ਰੋਡ 'ਤੇ ਪਹੁੰਚ ਗਏ ਹਾਂ, ਸਿੱਧਾ ਰੋਡ ਜਾ ਰਿਹਾ ਵਾ ਡੀ ਗਰਾਊਂਡ ਵਾਲੀ ਸਾਈਡ 'ਤੇ ਅਤੇ ਇੱਧਰੋਂ ਸਿੱਧਾ ਅਸੀਂ ਜਾਣੇ ਹਾਂ ਸ਼ਹਿਰ ਸਾਈਡ 'ਤੇ। ਅਸੀਂ ਇੱਧਰ ਅਸੀਂ ਤਾਰਕਾਬਾਦ ਦਾ ਬੋਲਣਾ ਨਹੀਂ ਜੀ, ਜੜ੍ਹਾਂ ਵਾਲਾ ਰੋਡ 'ਤੇ ਆ ਪੁਲ ਕਾਹਦਾ ਆਉਣਾ ਸਾਹਮਣੇ, ਸਾਦਗਾਬਾਦ ਦਾ, ਤਾਰਕਾਬਾਦ ਦਾ ਇੰਨਾ ਪਤਾ ਨਹੀਂ ਨਾ, ਪੁੱਛ ਪੁੱਛ ਕੇ ਤੁਹਾਨੂੰ ਦੱਸਣਾ ਪੈਣਾ ਵਾ ਕਿਹੜਾ ਪੁੱਲ ਆ ਕਿਹੜਾ। ਇਸ਼ਾਰਾ ਬੰਦ ਅਤੇ ਹੁਣ ਟ੍ਰੈਫਿਕ ਕਾਫੀ ਜ਼ਿਆਦਾ ਇੱਥੇ ਜਮ੍ਹਾਂ ਹੋ ਗਈ। ਸਾਹਮਣੇ ਵੀ ਇੱਕ ਦੁਕਾਨ ਹੈ ਐਲਸੇਜ ਕਾਰਪੇਟ ਸੈਂਟਰ ਤੋਹਫਾ ਬਾਦ ਸੈਂਟਰ, ਪਰ ਇਕੱਲੀ ਆ, ਅਸੀਂ ਸ਼ਹਿਰ ਜਾਂਦੇ ਉੱਥੇ ਕਾਫੀ ਜ਼ਿਆਦਾ ਦੁਕਾਨਾਂ ਹੋਣੀਆਂ, ਫਿਰ ਰੇਟ ਵੀ ਥੋੜ੍ਹਾ ਮਿਲੇਗਾ, ਇੱਥੇ ਕਾਫੀ ਜ਼ਿਆਦਾ ਰੇਟ ਹੋਣਾ, ਇਕੱਲੀ ਦੁਕਾਨ ਹੈ ਇਸ ਵਜ੍ਹਾ ਤੋਂ। ਇਹ ਮਾਰਕੀਟ ਹੈ, ਇੱਥੋਂ ਗੱਡੀਆਂ ਦਾ ਕਾਫੀ ਜ਼ਿਆਦਾ ਸਮਾਨ ਮਿਲਦਾ ਵਾ, ਸਾਹਮਣੇ ਵੀ ਮਾਰਕੀਟ ਆ ਇੱਥੋਂ ਗੱਡੀਆਂ ਦਾ, ਸਾਰਾ ਪੋਸ਼ਿਸ਼ ਵਗੈਰਾ, ਸੀਟਾਂ ਦੀ ਪੋਸ਼ਿਸ਼, ਮਕੈਨਿਕ ਮਕੂਨਕ ਬੈਠੇ, ਇਲੈਕਟ੍ਰੀਸ਼ੀਅਨ ਦਾ ਕੰਮ, ਇੱਧਰ ਵੀ ਸਾਰੀਆਂ ਦੁਕਾਨਾਂ ਉਹੀ ਹੈ। ਉਹ ਉੱਥੇ ਡੀਕੋ ਪੇਂਟ ਹੀ ਲੈਣ ਆਉਂਦੇ ਹਾਂ ਫਰਨੀਚਰ ਵਾਸਤੇ। ਜੜ੍ਹਾਂ ਵਾਲਾ ਰੋਡ ਆ, ਸ਼ਹਿਰ ਨਹੀਂ ਹੈ, ਇੱਥੇ ਦੁਕਾਨ ਤੋਂ ਮਿਲ ਗਈ ਸਾਨੂੰ, ਇੱਥੇ ਇੱਕ ਦੁਕਾਨ ਮਿਲੀ ਹੈ ਆਹ ਜਿਹੜੀ, ਤਾਂ ਇੱਥੋਂ ਪਤਾ ਕਰਦੇ ਹਾਂ। ਉਹ ਭਾਈ ਦੁਕਾਨ 'ਤੇ ਖਾਣਾ ਖਾ ਰਹੇ ਸੀਗੇ, ਫ੍ਰੀ ਸੀ, ਆਹ ਹੁਣ ਇੱਥੇ ਆਏ ਹਾਂ, ਇੱਥੋਂ ਪਤਾ ਕਰਦੇ ਹਾਂ ਕਲੀਨ ਦਾ, ਇੱਥੇ ਵੀ ਦੁਕਾਨ ਆਇਆ ਇੱਕ, ਇਹਦੇ ਨਾਲੋਂ ਬੜੀ ਦੁਕਾਨ ਲੱਗ ਰਹੀ ਹੈ, ਇੱਥੇ ਲੈ ਆ। ਹਾਂਜੀ, ਨੀਟ ਲੈਣਾ ਕਿ ਇਹੋ ਜਿਹਾ ਲੈਣਾ ਵਾ ਜਿਹੜਾ ਉੱਭਰੇ ਉੱਭਰੇ ਹੁੰਦਾ, ਪਲੇਨ ਲੈਣਾ? ਹਾਂਜੀ, ਇਹਦੇ ਨਾਲ ਦਾ ਕਹਿੰਦਾ ਪਲੇਨ ਤੇ ਨਹੀਂ ਲੈਣਾ, ਆਹ ਲੈ ਲਈਏ ਕਿ ਆਹ ਲੈ ਲਈਏ, ਆਹ ਜਦੋਂ ਬਹਿ ਜਾਂਦੇ ਆ ਨਾ ਫਿਰ ਪੱਧਰ ਹੀ ਹੋ ਜਾਂਦੇ ਇੱਕ ਸਾਲ ਦੇ ਬਹਿ ਬਹਿ ਕੇ, ਆਹ ਤਾਂ ਬਹੁਤ ਪੁਰਾਣਾ ਸਟਾਈਲ ਹੈ ਯਾਰ ਇਹਦਾ। ਫਿਰ ਆਹ ਜਿਹੜਾ ਨਵਾਂ ਲੇਟੈਸਟ ਐਡੀਸ਼ਨ ਭਾਈ ਕੋ ਪੁੱਛ ਲਓ ਕਿਹੜਾ, ਫਿਰ ਉਹ ਲੈ ਲੈਣੇ, ਆਹ ਵੀ ਸਾਦਾ, ਇਹ ਠੀਕ ਆ, ਹੁਣ ਕੋਈ ਕਲਰ ਪਸੰਦ ਕਰ ਲਿਆ, ਕਲੀਨ ਵੀ ਪਸੰਦ ਕਰ ਲਿਆ। ਆਹ ਜਿਹੜਾ ਕਲੀਨ ਡਨ ਹੋਇਆ ਸਾਡਾ, ਆਹ ਕੀ ਪਤਾ ਨਹੀਂ, ਆਹ ਡਾਰਕ ਕਲਰ, ਇਹ ਪੈਲਿੰਗ ਦੇ ਨਾਲ ਮੈਚ ਹੋ ਗਿਆ ਤਾਂ ਇਹਨੂੰ ਅਸੀਂ ਡਨ ਕੀਤਾ ਵਾ, ਫਿਰ ਉਹ ਸਾਰਾ ਸੇਮ ਹੋ ਜਾਏਗਾ ਨਾ, ਅੱਛਾ ਲੱਗੇਗਾ। ਬਾਕੀ ਹੋਰ ਵੀ ਆਇਆ ਸੀਗੇ ਪਰ ਉਹ ਪਸੰਦ ਨਹੀਂ ਆਏ, ਇਹ ਪਸੰਦ ਆਇਆ, ਹੁਣ ਵਿੱਚ ਚੁਕਾ ਰਹੇ ਆ, ਉਹ ਥੱਲੇ ਫੋਮ ਦੀ ਸ਼ੀਟ ਪੈਣੀ ਵਿੱਚ, ਉਹ ਪਸੰਦ ਕਰ ਰਹੇ, ਉਹ ਪਤਾ ਕਰਦੇ ਹਾਂ ਕਿੰਨੇ ਦੀ ਬਣਦੀ ਹੈ। ਚਲੋ ਆਹ ਲਾਈਟ ਕਰ ਲਓ ਕਲਰ ਫਿਰ। ਅੱਛਾ, ਇਹ 35 ਰੁਪਏ ਕਨਫਰਮ ਆ ਦੇ ਵਿੱਚ, ਸਿੰਪਲ ਹੀ ਅੱਛੇ ਲੱਗਦੇ ਆ। ਅੱਗੇ ਆਹ ਪਸੰਦ ਕੀਤੀ ਜੇ ਦੂਸਰੀ ਸ਼ੀਟ, ਪਸੰਦ ਨਹੀਂ ਕਰ ਲਈ ਆਹ ਜਿਹੜੀ, ਆਹ ਕਿੰਨੇ ਰੁਪਏ ਫੁੱਟ? 50 ਰੁਪਏ ਫੁੱਟ। ਗਰਮੀ ਕਾਫੀ ਜ਼ਿਆਦਾ ਹੋ ਗਈ ਹੈ ਅਤੇ ਇੱਧਰ ਮੇਰਾ ਖਿਆਲ ਐਮਰਜੈਂਸੀ ਹੈ। A few moments later, ਉਹ ਦੇਖ ਲਿਆ ਕਲੀਨ ਅਤੇ ਉਹਦਾ ਘਰ ਐਸਟੀਮੇਟ ਲਗਵਾ ਲਿਆ ਵਾ, ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਘਰ। ਨਹਿਰ ਦੇ ਵਿੱਚ ਘਾਹ ਕਿੱਡਾ ਕਿੱਡਾ ਵੱਡਾ ਹੋ ਗਿਆ, ਬਾਰਿਸ਼ਾਂ ਪੈ ਪੈ ਕੇ। ਹੁਣ ਵਾਪਸ ਆ ਗਏ ਹਾਂ, ਆਪਣੇ ਪਿੰਡ ਹੀ ਖੜ੍ਹੇ ਹਾਂ, ਮਾਨਾਲੇ ਖੜ੍ਹੇ ਹਾਂ, ਇੱਥੇ ਗੋਲਾ ਲੈ ਰਹੇ ਹਾਂ ਅਤੇ ਆਹ ਠੰਡੀ ਠੰਡੀ ਹਵਾ ਚੱਲਣ ਲੱਗ ਗਈ, ਮੈਨੂੰ ਲੱਗਦਾ ਫਿਰ ਬੱਦਲ ਆ ਗਏ, ਸ਼ਾਮ ਤੱਕ ਫਿਰ ਬਾਰਿਸ਼ ਆਊ ਜਾਣੀ ਹੈ ਅਤੇ ਬਾਰਿਸ਼ ਨੇ ਫਿਰ ਆ ਕੇ ਇੱਥੇ ਚਿੱਕੜ ਚਿੱਕੜ ਕਰ ਦੇਣਾ, ਕਲਫ ਚੁੰਗਾ ਇੱਥੇ ਪਾਣੀ ਫੜਾ ਪੂਰੇ ਬਾਜ਼ਾਰ ਦੇ ਵਿੱਚ।
ਤੇ ਹੁਣ ਗੋਲਾ ਖਾਣ ਲੱਗੇ ਹਾਂ। ਹੈਲੋ, ਇੱਕ ਘਰ ਜਾ ਕੇ ਹੁਣ ਖਾਣੇ ਐਸਟੀਮੇਟ ਲਵਾ ਲਿਆ ਸੀ ਕਲੀਨ ਦਾ, ਅਤੇ ਹੁਣ ਅਸੀਂ ਘਰ ਵਾਪਸ ਆ ਗਏ ਸੀ ਦੁਬਾਰਾ ਫਿਰ, ਅਤੇ ਉੱਥੋਂ ਫਿਰ ਅਸੀਂ ਐਸਟੀਮੇਟ ਲਗਵਾ ਲਿਆ ਸੀਗਾ ਕਲੀਨ ਵਗੈਰਾ ਦਾ। ਆਹ ਬੈਠਕ ਆ ਸਾਡੀ, ਇਹਦੀ ਲੰਬਾਈ ਜਿਹੜੀ ਹੈ 15 ਫੁੱਟ ਆ, ਚੌੜਾਈ ਇਹਦੀ 12 ਫੁੱਟ ਆ, ਅਤੇ ਇਹਦੇ ਐਸਟੀਮੇਟ ਅਸੀਂ ਲਗਵਾ ਲਿਆ ਵਾ, ਇਹਦੇ ਫੋਮ ਦਾ ਵੀ ਐਸਟੀਮੇਟ ਲਗਵਾ ਲਿਆ। ਫੋਮ ਵੀ ਕਲੀਨ ਨਾਲੋਂ ਜ਼ਿਆਦਾ ਮਹਿੰਗਾ ਬਣ ਰਿਹਾ ਸੀ, ਕਲੀਨ ਤਾਂ ਸਾਰਾ ਬਣ ਰਿਹਾ ਕੋਈ 6000 ਦਾ, ਫੋਮ ਬਣ ਰਿਹਾ ਸੀਗਾ ਕੋਈ 6500 ਦਾ, ਨਾਲ ਉਹ ਪਾ ਕੇ ਨਾ ਉਹਨਾਂ ਦੀ ਫਿਟਿੰਗ ਵਗੈਰਾ ਦਾ ਖਰਚਾ, ਨਾਲ ਲੋਸ਼ਨ ਦਾ ਖਰਚਾ, ਨਾਲ ਉਹਦਾ ਕੀ ਕਹਿੰਦੇ ਆ ਯਾਰ ਸਲੂਸ਼ਨ ਦਾ ਖਰਚਾ, ਅਤੇ ਨਾਲ ਉਹਦਾ ਕਿਰਾਇਆ ਜਿਹੜਾ ਉੱਥੋਂ ਲੈ ਕੇ ਆਉਣਾ ਸ਼ਹਿਰੋਂ ਵਾਪਸ ਇੱਥੇ, ਉਹਦਾ ਖਰਚਾ ਪਾ ਕੇ 14000 ਰੁਪਏ ਸਮਥਿੰਗ ਬਣ ਰਹੇ ਸੀਗੇ, 15000 ਤਕਰੀਬ ਰਾਊਂਡ ਬੋਰਡ ਬਣ ਗਿਆ ਯਾਰ, 15000 ਦੇ ਰਾਊਂਡ ਬੋਰਡ ਬਣ ਗਿਆ, ਕਲੀਨ ਦਾ ਹਿਸਾਬ ਲਗਵਾ ਲਿਆ ਵਾ, ਹੁਣ ਇਹਦਾ ਕਲੀਨ ਲੈ ਕੇ ਆਉਣਾ ਵਾ। ਮਗਰਬ ਤੋਂ ਬਾਅਦ ਦਾ ਟਾਈਮ ਆ ਅਤੇ ਮੁਹਰਮ ਪਹਿਲਾਂ ਚੜ੍ਹ ਗਿਆ ਵਾ, ਅਤੇ ਬਾਕੀ ਹੁਣ ਇਸ ਮੁਹਰਮਾਂ ਦੇ ਵਿੱਚ ਮੁਹਰਮਾਂ ਦਾ ਇਸ਼ਤਰਾਕ ਐਸਾ ਵੈਸਾ ਕੰਮ ਨਹੀਂ ਕਰੀਦਾ, ਤਾਂ ਵਾਸਤੇ ਅਸੀਂ ਇਹਦੀ ਰੈਨੋਵੇਸ਼ਨ ਰੋਕ ਦਿੱਤੀ ਹੈ, ਕਿਉਂਕਿ ਇਹਦੇ ਵਿੱਚ ਇਸ ਮਹੀਨੇ ਦੇ ਇਸ਼ਤਰਾਕ ਦੇ ਵਿੱਚ ਤਾਂ ਅਸੀਂ ਕੰਮ ਰੱਦ ਕਰਵਾਤਾ ਵਾ, ਇਸ ਤੋਂ ਬਾਅਦ ਫਿਰ ਮੁਹਰਮਾਂ ਤੋਂ ਬਾਅਦ ਇਹਦਾ ਫਿਰ ਕਲੀਨ ਲੈ ਕੇ ਆਊਂਗੇ, ਇਹਦੀ ਰੈਨੋਵੇਸ਼ਨ ਥੋੜ੍ਹੀ ਬਹੁਤ ਜਿਹੜੀ ਰਹਿੰਦੀ ਆ ਉਹ ਕਰਾਂਗੇ, ਅਤੇ ਪਰਦੇ ਵਗੈਰਾ ਰਹਿੰਦੇ ਆ ਵਗੈਰਾ ਫਿਰ ਉਹ ਕਰਾਂਗੇ। ਹਾਂਜੀ, ਜਾਓ ਜਾ ਕੇ ਬਾਹਰ ਖੇਲੋ, ਕਾਹਦੀ ਖਾਤਾ ਜੀ, ਬਾਰਿਸ਼ ਕੱਲ੍ਹ ਚੰਗੀ ਹੋਈ ਸੀਗੀ ਅਤੇ ਦੁਬਾਰਾ ਗਿੱਲੀਆਂ ਹਾਲੇ ਵੀ, ਅਤੇ ਹੁਣ ਫਿਰ ਵੈਦਰ ਕਹਿ ਰਿਹਾ ਵਾ ਕਿ ਹੁਣ ਤੁਹਾਡੀਆਂ ਬਾਰਿਸ਼ਾਂ ਫਿਰ ਰੁਕ ਗਈਆਂ ਵਾ, ਅਤੇ ਹੁਣ ਤੁਸੀਂ ਤਕਰੀਬਨ ਕੋਈ ਹਫ਼ਤਾ ਕੁ ਇੰਤਜ਼ਾਰ ਕਰੋ, ਅਗਲੇ ਹਫ਼ਤੇ ਤੋਂ ਫਿਰ ਤੁਹਾਨੂੰ ਮੂੰਹ ਆਉਣ ਦੇ ਬਦਲੋਂ ਨਹੀਂ ਕਿਹਾ ਸੀ, ਥੋੜ੍ਹੀ ਦੇਰ ਪਹਿਲਾਂ ਬਦਲ ਆਏ ਸੀਗੇ ਪਰ ਫਿਰ ਗੈਬ ਹੋ ਗਏ। ਹੁਣ ਦੁਕਾਨ 'ਤੇ ਆ ਗਏ ਹਾਂ ਅਤੇ ਤੁਹਾਨੂੰ ਗੈਲਰੀ ਦਿਖਾਉਂਦੇ ਹਾਂ, ਗੈਲਰੀ ਤਿਆਰ ਕਰ ਲਈਏ, ਆਹ ਗੈਲਰੀ ਦੀਆਂ ਸੀਟਾਂ ਵਗੈਰਾ ਲਗਾ ਦਿੱਤੀਆਂ ਵਾ, ਮੈਨੂੰ ਸਾਰਾ ਬੰਦ ਕਰ ਦਿੱਤਾ ਵਾ, ਤੁਹਾਨੂੰ ਉੱਪਰੋਂ ਜਾ ਕੇ ਦਿਖਾਉਂਦਾ ਵਾ, ਅਤੇ ਹੁਣ ਉਹਦਾ ਕੰਮ ਜਿਹੜਾ ਰੁਕਿਆ ਨਹੀਂ ਹਾਲੇ ਤਾਈਂ, ਅਤੇ ਉਹ ਗੈਲਰੀ ਜਿਹੜੀ ਆ ਨਾ ਹਜੇ ਸਫਾਈ ਹੋਣ ਵਾਲੀ ਹੈ, ਅਤੇ ਸਫਾਈ ਹੁੰਦੀ ਹੈ ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦਾ ਹਾਂ। ਹੁਣ ਵੀਡੀਓ ਤੁਹਾਨੂੰ ਅਗਲੇ ਵਲੋਗ 'ਚ ਮਿਲੇਗੀ, ਅਤੇ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ, ਉਮੀਦ ਕਰਦਾ ਤੁਹਾਨੂੰ ਮੇਰਾ ਅੱਜ ਦਾ ਵਲੋਗ ਅੱਛਾ ਲੱਗਾ ਹੋਊਗਾ, ਅਤੇ ਅਗਰ ਅੱਛਾ ਲੱਗਾ ਤਾਂ ਲਾਈਕ ਕਰੀ, ਸ਼ੇਅਰ ਕਰੀ, ਸਬਸਕ੍ਰਾਈਬ ਕਰ ਲਓ ਮੇਰੇ ਯੂਟਿਊਬ ਚੈਨਲ ਮੁਨੀਬ ਲੈਲਪੁਰੀਆ ਨੂੰ, ਨਾਲ ਦੀਏ ਗਏ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓ ਦੀ ਲੇਟੈਸਟ ਅਪਡੇਟ ਮਿਲਦੀ ਰਹੇ। ਅੱਲਾਹ ਹਾਫਿਜ਼।